तुसी देख रहे हो सांझ टीवी न्यूज़ पोर्टल। लुधियाना विखे नगर कौंसल हाउस की मीटिंग की गई, जिस शहर के 95 वार्ड के कौंसलर ने हिस्सा लिया और अपनी मुश्किल पेश की। मौके पर शहर के कौंसलर ने सीवरेज सड़क और गंदा पानी संबंधी मुश्किलों के मुद्दे भी उठाए। इस दौरान पंजाब के कैबिनेट मंत्री पार्थ भूषण आशू वालों नगर निगम के हालात को सुधारन का भरोसा भी दिता गया। मैं कौंसलरियां चो ही आया, कौंसलर चो ही बने, नवे कौंसलर है। हर चीज़ जिमें पिछले टाइम होंदा आया भी अकाली दल दे इलाके दे काम होणगे, वो काम खत्म हो गया। सारे लुधियाने दा रैशनल डिवेलपमेंट किवें होणी, सारे नूं बराबर जो थोड़े कोल वित्तीय हालात है, जो सरमाया थोड़े कोल है, वो सब नूं बराबर डिस्ट्रीब्यूशन होवे। काउंसलर दी डिमांड हमेशा ही ज़्यादा रहेगी। एक मिनट सुनो जी, गल सुनो जी, जे सुनना सीख लो। हर काम जे रुपया अवेलेबल है ਤਾਂ ਉਹ ਵੀ ਵੰਡਿਆ ਜਾ ਰਿਹਾ, 100 ਰੁਪਏ ਹੋਣਗੇ ਤਾਂ ਉਹ ਵੀ ਵੰਡੇ ਜਾਣਗੇ ਕੌਂਸਲਰਾਂ ਦੀਆਂ, ਕਿਉਂਕਿ ਸ਼ਹਿਰ ਦੇ ਵਿੱਚ ਮੁਸ਼ਕਲਾਂ ਤਾਂ ਬਹੁਤ ਜ਼ਿਆਦਾ, ਇਸ ਕਰਕੇ ਉਹਨਾਂ ਦੀਆਂ ਡਿਮਾਂਡਾਂ ਵੀ ਜ਼ਿਆਦਾ। ਪਰ ਇਹ ਕੌਂਸਲਰਾਂ ਨੂੰ ਵੀ ਸਮਝਣਾ ਪਊਗਾ ਵੀ ਜੋ ਪੈਸੇ ਦੀ ਅਵੇਲੇਬਿਲਟੀ ਹੈ ਉਹਦੇ ਹਿਸਾਬ ਨਾਲ ਰੈਸ਼ਨਲ ਡਿਸਟ੍ਰੀਬਿਊਸ਼ਨ ਹੋਏਗੀ ਅਤੇ ਰੈਸ਼ਨਲ ਡਿਵੈਲਪਮੈਂਟ ਹੋਏਗੀ। ਕੋਈ ਇੱਥੇ ਇਲਜ਼ਾਮ ਨਹੀਂ ਲੱਗੇ, ਤੁਸੀਂ ਵੀ ਆਪਣੀ ਥੋੜ੍ਹੀ ਜਿਹੀ ਪੱਤਰਕਾਰਤਾ ਨੂੰ ਸੁਧਾਰੋ। ਅੰਦਰ ਸਿਰਫ ਸੁਜੈਸ਼ਨ ਹੋ ਰਹੇ ਹੈ, ਮੈਨੇਜਮੈਂਟ ਨੂੰ ਬਿਹਤਰ ਕਰਨ ਦੀ ਗੱਲ ਹੋ ਰਹੀ ਹੈ। ਜੇ ਪਾਲ ਸਿੰਘ ਜੀ ਨੇ ਵੀ ਕੋਈ ਗੱਲ ਕਰੀ ਹੈ ਤਾਂ ਉਹਨਾਂ ਨੇ ਸੁਧਾਰਨ ਦੀ ਗੱਲ ਕਰੀ ਹੈ। ਔਰ ਜਿਹੜਾ ਸਿਸਟਮ ਫਿਰ ਇਹਦੇ 'ਚ ਫਰਕ ਹੈ ਜੀ, ਬਹੁਤ ਗੱਲ ਦਾ, ਜਿਹੜਾ ਸਿਸਟਮ 10 ਸਾਲ ਤੋਂ ਵਿਗੜਿਆ ਹੋਇਆ ਉਹ 4 ਮਹੀਨੇ 'ਚ ਸਹੀ ਨਹੀਂ ਹੋਣਾ। ਮੇਅਰ ਸਾਹਿਬ, ਉਹਨਾਂ ਦੀ ਟੀਮ, ਸਣੇ ਸਾਰੇ ਕੌਂਸਲਰ ਇਸੇ ਚੀਜ਼ ਨੂੰ ਐਫਰਟ ਕਰਦੇ ਪਏ ਆ ਵੀ ਇਹ ਮੈਨੇਜਮੈਂਟ ਸੁਧਾਰੀ ਕਿਵੇਂ ਜਾਵੇ। ਇਸ ਦੌਰਾਨ ਵਿਧਾਇਕ ਡਾਵਰ ਨੇ ਨਗਰ ਨਿਗਮ ਵਿੱਚ ਫੰਡਾਂ ਦੀ ਕਮੀ ਨੂੰ ਦੱਸਿਆ ਹੈ ਤੇ ਨਾਲ ਹੀ ਉਹਨਾਂ ਨੇ ਨਗਰ ਨਿਗਮ ਅਧਿਕਾਰੀਆਂ ਤੇ ਨਿਸ਼ਾਨਾ ਵੀ ਸਾਧਿਆ ਅਤੇ ਕਿਹਾ ਕਿ ਕੁਝ ਨਗਰ ਨਿਗਮ ਅਧਿਕਾਰੀ ਭ੍ਰਿਸ਼ਟਾਚਾਰ ਫੈਲਾ ਰਹੇ ਹਨ। ਪਹਿਲੀ ਮੀਟਿੰਗ ਹੋਈ ਹੈ, ਹੋਰ ਸਾਰੇ ਹੀ ਕੌਂਸਲਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਨੇ। ਜ਼ਿਆਦਾਤਰ ਤੇ ਲੋਕਾਂ ਦੀ ਇਹ ਡਿਮਾਂਡ ਹੈ ਕਿ ਸਾਡੇ ਕੋਲ ਸਿਵਲ ਮੈਨ ਵਗੈਰਾ ਘੱਟ ਨੇ। ਉਹ ਮੇਅਰ ਸਾਹਿਬ ਨੇ ਯਕੀਨ ਦਿਲਾਇਆ ਕਿ ਮੈਂ ਸਭ ਨੂੰ ਬਰਾਬਰ ਕਰ ਦਿਆਂਗਾ। ਔਰ ਮੈਂ ਕੁਛ ਮੁਸ਼ਕਲਾਂ ਵਾਂ ਜਿੱਦਾਂ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੇ ਪੀਣ ਦੀਆਂ ਪਾਈਪਾਂ ਪੁਰਾਣੀਆਂ ਪਈਆਂ, 40-40-50 ਸਾਲ ਪੁਰਾਣੀਆਂ, ਉਹ ਪਾਈਪਾਂ ਗਲ ਚੁੱਕੀਆਂ। ਉਹ ਨਾਲ ਕੀ ਹੋ ਰਿਹਾ ਵੀ ਲੋਕਾਂ ਦੇ ਘਰਾਂ ਵਿੱਚ ਗੰਦਾ ਪਾਣੀ ਸੀਵਰੇਜ 'ਚ ਮਿਕਸ ਹੋ ਕੇ ਜਾ ਰਿਹਾ। ਸੋ ਮੈਂ ਆਪਣੀ ਇੱਥੇ ਪ੍ਰਪੋਜ਼ਲ ਦਿੱਤੀ ਹੈ ਵੀ ਜਿਹੜੇ ਵੀ ਜਿਹੜੀਆਂ ਪੁਰਾਣੀਆਂ ਪਾਈਪਾਂ ਹੈ, ਸਾਡੇ ਕੋਲ ਬਹੁਤ ਸਾਰੀਆਂ ਐਸੀਆਂ ਸਕੀਮਾਂ ਨੇ ਸੈਂਟਰ ਦੀਆਂ, ਉਹਦੇ ਤਹਿਤ ਸਾਡੇ ਕੋਲ ਪੈਸਾ ਆ ਸਕਦਾ, ਉਹਦੇ ਰਾਹੀਂ ਉਭਰਦੀਆਂ ਜਾ ਸਕਦੀਆਂ। ਉਹ ਜਿਹੜੀਆਂ ਅਨਅਥੋਰਾਈਜ਼ ਕਲੋਨੀਆਂ, ਜਿਹੜੇ ਲੋਕ ਕਲੋਨੀਆਂ ਪਾਸ ਨਹੀਂ ਕਰਾਉਂਦੇ, ਕਰੋਨਾ ਪਏ ਜਿਹੜਾ ਉਹਨਾਂ ਦਾ ਰੈਵਨਿਊ ਬੰਦਾ ਪਾਸ ਕਰਾਉਂਦਾ, ਉਹ ਅੱਜ ਸਾਡਾ ਵੇਸਟ ਜਾ ਰਿਹਾ। ਔਰ ਇਹਦੇ ਨਾਲ ਨਾਲ ਜੇ ਕਲੋਨੀ ਪਹਿਲਾਂ ਅਪਰੂਵ ਹੋਵੇ ਤਾਂ ਮੈਂ ਕਹਿੰਦਾ ਬਹੁਤ ਸਾਰਾ ਪੈਸਾ ਸਾਡਾ ਕਾਰਪੋਰੇਸ਼ਨ ਨਗਰ ਨਿਗਮ ਦੇ ਵਿੱਚ ਆ ਸਕਦਾ। ਉਹ ਜਿਹੜੇ ਲੋਕ, ਮੈਂ ਸਮਝਦਾ ਕਿ ਕਾਰਪੋਰੇਸ਼ਨ ਦੇ ਵਿੱਚ ਜੋ ਹੋ ਰਿਹਾ, ਜੋ ਅਫਸਰ ਮਨਮਾਨੀਆਂ ਕਰ ਰਹੇ, ਧੱਕੇਸ਼ਾਹੀ ਕਰ ਰਹੇ, ਕਰਪਸ਼ਨ ਕਰ ਰਹੇ ਨੇ, ਉਹਨਾਂ ਦੇ ਖਿਲਾਫ਼ ਜ਼ਰੂਰ ਐਕਸ਼ਨ ਹੋਣਾ ਚਾਹੀਦਾ ਤਾਂ ਕਿ ਜਿਹੜੀ ਕਰਪਸ਼ਨ ਵਰਗੀ ਨਾਮੁਰਾਦ ਬਿਮਾਰੀ ਨੂੰ ਲੁਧਿਆਣਾ ਸ਼ਹਿਰ ਦੀ ਕਰਪਸ਼ਨ ਕਾਰਪੋਰੇਸ਼ਨ ਦੂਰ ਕੀਤਾ ਜਾ ਸਕੇ। ਦੇਖੋ, ਇਹ ਗੱਲ ਮੈਂ ਬਿਲਕੁਲ ਠੀਕ ਗੱਲ ਕਹੀ ਹੈ ਕਿ ਜਿਹੜੇ ਬਿਲਡਿੰਗ ਇੰਸਪੈਕਟਰ ਨੇ ਉਹ ਮਨਮਨੀਆਂ ਕਰ ਰਹੇ ਨੇ, ਧਾਂਦਲੀਆਂ ਕਰ ਰਹੇ ਨੇ। ਜਿਹੜਾ ਪੈਸਾ ਕਾਰਪੋਰੇਸ਼ਨ ਦੀ ਜੇਬ 'ਚ ਆਉਣਾ ਚਾਹੀਦਾ ਉਹ ਪੈਸਾ ਉਹਨਾਂ ਦੀਆਂ ਜੇਬਾਂ ਵਿੱਚ ਜਾ ਰਹੀ ਹੈ। ਇਹਦੇ ਨਾਲ ਅਸੀਂ, ਮੇਰੇ ਨਾਲ ਅਸੀਂ ਫਿਰ ਜਲਦੀ ਇੱਕ ਅੱਧੀ ਮੀਟਿੰਗ ਕਰਾਂਗੇ ਤਾਂ ਕਿ ਉਹਦੇ ਵਿੱਚ ਸੁਧਾਰ ਕਰ ਸਕੀਏ। ਇਸ ਦੌਰਾਨ ਮੇਅਰ ਬਲਕਾਰ ਸਿੰਘ ਸੰਧੂ ਨੇ ਫੰਡਾਂ ਦੀ ਕਮੀ ਦਾ ਕਾਰਨ ਦੱਸਿਆ ਅਤੇ ਸ਼ਹਿਰ ਦਾ ਜਲਦ ਤੋਂ ਜਲਦ ਵਿਕਾਸ ਕਰਨ ਦੀ ਵੀ ਗੱਲ ਕਹੀ। ਦੇਖੋ, ਜਦੋਂ ਅੱਜ ਤੋਂ 6 ਮਹੀਨੇ ਪਹਿਲੇ ਮੈਂ ਮੇਅਰ ਬਣਿਆ, ਮੈਂ ਕੋਈ ਸਟਾਈਲ ਕੋਈ ਨਹੀਂ, ਬਿਲਕੁਲ ਮੈਂ ਕਿਹਾ ਫੰਡਾਂ ਦੀ ਘਾਟ ਹੈ। ਅੱਜ ਮੇਰੇ ਕਾਰਪੋਰੇਸ਼ਨ ਦੇ ਸਾਰੇ ਸਾਥੀ ਕੌਂਸਲ ਜਿਹੜੀ ਅਸੀਂ ਡਰਾਈਵ ਚਲਾ ਰਹੇ, ਕੋਈ ਰੁਕਾਵਟ ਨਹੀਂ ਪਾ ਰਹੇ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਉਹਦੇ ਨਾਲ ਉਹਨਾਂ ਦੇ ਨਾਲ ਨਾਲ ਜਿੰਨੇ ਵੀ ਸਾਡੇ ਕਾਰਪੋਰੇਸ਼ਨ ਦੇ ਮੁਲਾਜ਼ਮ, ਸੱਚੇ ਦਿਲੋਂ ਮੈਂ ਕਹਿ ਸਕਦਾ, ਸੱਚੇ ਦਿਲੋਂ ਉਹ ਰਿਕਵਰੀ ਕਰ ਰਹੇ ਆ। ਠੀਕ ਹੈ, ਸਟਾਫ ਦੀ ਕਮੀ ਹੈ ਜਿਹਦੇ ਕਰਕੇ ਕਿਤੇ ਕਿਤੇ ਹਲੇ ਹੋ ਰਹੀ ਆ। ਇਹ ਮੈਨੂੰ ਲੱਗਦਾ 6 ਮਹੀਨੇ ਸਾਲ 'ਚ ਅਸੀਂ ਬਿਲਕੁਲ ਆਪਣਾ ਟਾਰਗੇਟ ਅਚੀਵ ਕਰਾਂਗੇ। ਬਾਕੀ ਸਟੇਟ ਗੌਰਮੈਂਟ ਦੇ CM ਸਾਹਿਬ ਆਏ ਸੀ, ਬਿਲਕੁਲ ਸੈਪਰੇਟ, ਜਿੱਥੇ ਤਾਂ ਉਹ 3600 ਕਰੋੜ ਦੇ ਪ੍ਰੋਜੈਕਟ ਦੱਸ ਕੇ, ਉਹਦੇ ਨਾਲ 92 ਕਰੋੜ ਕਾਰਪੋਰੇਸ਼ਨ ਨੂੰ ਕੈਸ਼ ਦੇਣ ਲਈ, PIDB ਦਾ 67 ਕਰੋੜ, 25 ਕਰੋੜ ਕਾਰਪੋਰੇਸ਼ਨ ਨੂੰ ਕੈਸ਼ ਦੇ ਰਿਹਾ, ਜਿਹਦੀ ਮੈਂ ਅੱਜ ਹਾਊਸ ਵੀ ਬੋਲਿਆ ਔਰ ਦੱਸ ਰਿਹਾ। ਜਲਦੀ ਸਾਨੂੰ CM ਸਾਹਿਬ ਦਾ, ਸੁਰੇਸ਼ ਕੁਮਾਰ ਜੀ ਦਾ ਮੇਰੀ ਮੀਟਿੰਗ ਹੋਈ ਸੀ, ਸਾਰੇ MP ਸਾਹਿਬ, ਸਾਰੇ ਲੋਕਲ ਲੀਡਰਸ਼ਿਪ ਸਾਡੇ ਨਾਲ ਜਾ ਰਹੀ ਆ ਔਰ 25 ਕਰੋੜ ਉਹ ਜਲਦੀ ਆ ਰਿਹਾ, 100 ਕਰੋੜ ਅਸੀਂ ਲੈ ਕੇ। ਔਰ ਯਕੀਨ ਦਵਾਉਂਦਾ, ਅੱਗੇ ਵੀ ਬੜੀ ਵਾਰੀ ਮੈਂ ਯਕੀਨ ਦਵਾਇਆ, ਕਿਸੇ ਵੀ ਸ਼ੇਪ 'ਚ, ਚਾਹੇ ਸਰਕਾਰ ਵੱਲੋਂ ਪੈਸੇ ਆਏਗਾ, ਚਾਹੇ ਸ਼ਹਿਰੀਆਂ ਤੋਂ ਲਵਾਂਗੇ ਔਰ ਸ਼ਹਿਰ ਦੇ ਵਿਕਾਸ ਲਵਾਂ, ਬਗੈਰ ਕਿਸੇ ਭੇਦਭਾਵ ਤੋਂ ਹਰ ਪਾਰਟੀ ਦੇ ਕੌਂਸਲ ਦੀ ਪੂਰੀ ਇੱਜ਼ਤ ਹੋ ਗਈ। ਉਹਦੀ ਪੁੱਛ ਕੇ ਜਿਵੇਂ ਅੱਜ ਡੰਗ ਸਾਹਿਬ ਨੇ ਉੱਥੇ ਬੋਲਿਆ, ਬਿਲਕੁਲ ਹਰ ਇੱਕ ਦਾ ਇੱਕ ਇੱਕ ਕੰਮ ਪਾ ਕੇ ਪ੍ਰਾਇਓਰਟੀ ਬੇਸ 'ਤੇ ਅਸੀਂ ਸ਼ਹਿਰ ਦੀ
ਬਗੈਰ ਕਿਸੇ ਪੱਖਪਾਤ ਤੋਂ ਡਿਵੈਲਪਮੈਂਟ ਕਰਾਵਾਂਗੇ। ਲੁਧਿਆਣੇ ਤੋਂ ਸੁਰਿੰਦਰ ਦੀ ਰਿਪੋਰਟ। ਇੱਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।